ਜਿਹੜਾ ਹੁਸੈਨ ਰੋਵਿਆ ਤੇ ਹਿਰਨੀ ਬੱਚੇ ਲੈ ਕੇ ਆ ਜਾਵੇਗਾ। ਜਿਸ ਹੁਸੈਨ ਦੇ ਜੋੜੇ ਅੱਲਾ ਤਬਾਰਕ ਵਤਾਲਾ ਜੰਨਤ ਚੋਂ ਭੇਜ ਛੋੜੇ ਹਾਂ, ਜਿਸ ਹੁਸੈਨ ਦੇ ਨਾਲ ਖੇਡਣ ਵਾਸਤੇ ਹਜ਼ਰਤ ਜਬਰਾਈਲ ਦਾਇਆ ਕਲਬੀ ਦੀ ਸ਼ਕਲ ਵਿੱਚ ਆਵਨ ਹਾਂ, ਜਿਸ ਹੁਸੈਨ ਦਾ ਪੀਂਗਾ ਜੋੜਨ ਵਾਸਤੇ ਜਬਰਾਈਲ ਆਵੇ ਹਾਂ। ਹਜ਼ੂਰ ਅਲਾਮੀ ਜਨਾਬ ਆਲਮ ਸਲਾਤੁ ਸਲਾਮ ਹਜ਼ਰਤ ਸੁਲੇਮਾਨ ਫਾਰਸੀ ਫਰਮਾਇਆ, ਸੁਲੇਮਾਨ ਜਾਓ ਸੈਯਦਾ ਫਾਤਿਮਾ ਦੇ ਘਰ ਇਹ ਪੈਗਾਮ ਲੈ ਕੇ ਜਾਓ। ਹਜ਼ਰਤ ਸੁਲੇਮਾਨ ਫਰਮਾਉਂਦੇ ਜਦੋਂ ਮੈਂ ਗਿਆ ਵਾਂ ਸੈਯਦਾ ਫਾਤਿਮਾ ਸੱਤੇ ਤੇ ਮੌਜੂਦ ਨੇ, ਅੱਲਾਹੁ ਅਕਬਰ, ਹੁਸੈਨ ਝੂਲੇ ਦੇ ਅੰਦਰ ਮੌਜੂਦ ਨੇ, ਸੈਯਦਾ ਮੁਸੱਲੇ ਤੇ ਮੌਜੂਦ ਨੇ, ਝੂਲਾ ਝੂਲਦਾ ਪਿਆ ਹੈ, ਝੂਲਾ ਝੂਲਦਾ ਪਿਆ ਵੇ ਤੇ ਮੈਂ ਮੰਜ਼ਰ ਵੇਖਾ ਤੇ ਮੈਂ ਦੌੜਿਆ ਦੌੜਿਆ ਵਾਪਸ। ਸਰਕਾਰ ਨੇ ਫਰਮਾਇਆ ਸੁਲੇਮਾਨ ਕਹਿ ਰਹੇ ਬੜੇ ਛੇਤੀ ਆਇਓ, ਆਖਿਆ ਸੋਹਣਿਆ ਬੜਾ ਅਜੀਬ ਮੰਜ਼ਰ ਵੇਖਿਆ ਹੈ। ਆਖਿਆ ਕਿਹੜਾ ਮੰਜ਼ਰ ਵੇਖਿਆ ਹੈ? ਲਜਬਾਲਾ ਸੈਯਦਾ ਮੁਸੱਲੇ ਤੇ ਮੌਜੂਦ ਸਨ, ਹੁਸੈਨ ਝੂਲੇ ਚ ਮੌਜੂਦ ਸਨ, ਝੂਲਾ ਵੀ ਝੂਲਦਾ ਪਿਆ ਸੀ। ਤੇ ਮੇਰੇ ਮੁਸਤਫਾ ਕਰੀਮ ਨੇ ਫਰਮਾਇਆ ਸੁਲੇਮਾਨ ਪਰੇਸ਼ਾਨ ਨਾ ਹੋ, ਸੈਯਦਨਾ ਹੁਸੈਨ ਦਾ ਝੂਲਾ ਜਬਰਾਈਲ ਪਾ ਝੁਲਾਉਂਦੇ ਸਨ। ਮੇਰੇ ਦੋਸਤੋ, ਮੇਰੇ ਭਾਈਓ, ਹੁਸੈਨ ਜਿਹੜੇ ਤੇ ਨਾਜ਼ਾ ਤੇ ਨਾਮ ਦੇ ਨਾਲ ਪੜਿਆ ਜਦੋਂ ਕਰਬਲ ਦੀ ਮਿੱਟੀ ਤੇ ਸ਼ਹੀਦ ਹੋਇਆ, ਉਦੋਂ ਫਿਰ ਸੋਚੋ ਮੁਸਤਫਾ ਕਰੀਮ ਤੇ ਕਿਵੇਂ ਗੁਜ਼ਰੀ। ਅੱਲਾਹੁ ਅਕਬਰ। ਅੱਲਾਹ ਤਾਲਾ ਉਹਦਾ ਤਵੱਜੋ ਫਰਮਾਓ, ਤੁਹਾਡੇ ਬੱਚੇ ਜਦੋਂ ਬਿਮਾਰ ਹੋਣ ਡਾਕਟਰ ਕੋਲ ਲੈ ਵੰਜੋ, ਜੋ ਡਾਕਟਰ ਇੰਜੈਕਸ਼ਨ ਲਾਣ ਲੱਗੇ ਤੇ ਤੁਸੀਂ ਮੂੰਹ ਦੂਜੇ ਪਾਸੇ ਕਰ ਲੈਂਦੇ ਹੋ, ਟੀਕਾ ਲੱਗਦਾ, ਆਪਣੇ ਪੁੱਤਰ ਨੂੰ ਵੇਖ ਨਹੀਂ ਸਕਦੇ ਹੋ, ਪੁੱਤਰ ਨੂੰ ਰੋਂਦਾ ਨਹੀਂ ਵੇਖ ਸਕਦੇ ਹੋ, ਪਾਸਾ ਦੂਜੇ ਪਾਸੇ ਕਰ ਲੈਂਦੇ ਹੋ, ਔਲਾਦ ਵਾਲੇ ਤੜਪ ਜਾ ਕੇ ਜਿਗਰ ਤੇ ਹੱਥ ਰੱਖ ਕੇ ਬਾਤ ਸੁਣੋ ਕਿ ਪੱਥਰ ਦਿਲ ਤੇ ਨਹੀਂ ਹੋ, ਜਦੋਂ ਹੁਸੈਨ ਦਾ ਨਾਮ ਹੈ ਅੱਖ ਨੂੰ ਪੁਰਨਮ ਜ਼ਰੂਰ ਕੀਤਾ ਕਰੋ, ਰੁਨੇ ਜ਼ਰੂਰ ਕੀਤੇ ਕਰੋ, ਮੇਰੇ ਮੁਸਤਫਾ ਦੀ ਸੁਨਤ ਇਮਾਮ ਸੱਜਾਦ ਦੀ ਸੁਨਤ ਰੋਣ ਵਾਲੇ ਵਾਲਾ ਹੰਝੂ ਕਬੂਲ ਕਰੇ, ਦੁਨੀਆ ਦੇ ਗਮ ਨਾ ਵੇਖੋ। ਜਦੋਂ ਮੇਰੇ ਭਾਈ ਨੂੰ ਟੀਕਾ ਲਗਵਾਉਣ ਲੱਗੇ ਹੋ, ਬਾਬਾ ਜੀ ਦੂਜੇ ਪਾਸੇ ਕਹਿੰਦੇ ਹੋ, ਪੁੱਤਰ ਨੂੰ ਟੀਕਾ ਲੱਗਿਆ ਬਰਦਾਸ਼ਤ ਨਹੀਂ ਕਰਦੇ ਹੋ, ਵਾਹ ਹੁਸੈਨ ਤੇਰੇ ਸਬਰਾਂ ਤੋਂ ਕੁਰਬਾਨ, ਜਿਸ ਦੀ ਵਾਹ ਹੁਸੈਨ ਤੇਰੇ ਸਬਰਾਂ ਤੋਂ ਕੁਰਬਾਨ ਜਾਣਾ, ਜਿਹਨੇ ਜਵਾਨ ਅਲੀ ਅਕਬਰ ਨੂੰ ਗਵਾਇਆ, ਵਾਹ ਹੁਸੈਨ ਤੇਰੀ ਅਸਮਤ ਨੂੰ ਕਰੋੜਾ ਸਲਾਮ, ਜਿਹਨਾਂ ਕਸਮ ਦੇ ਗੋਠ ਨੂੰ ਜਵਾਨੀ ਦੀ ਜੋੜਾ ਛੋੜਿਆ ਵੇ, ਮੇਰੇ ਭਾਈਓ ਅੱਬਾਸ ਦੇ ਦਰਾ ਦੇ ਬਾਜ਼ੂ ਕਲਮ ਕਰਾ ਛੋੜੇ ਨੇ, ਜਦੋਂ ਸਾਦਾਤ ਦੇ ਖੈਮੇ ਕਰਬਲਾ ਨਹਿਰੇ ਫਰਾਤ ਦੇ ਕਰੀਬ ਲਾਏ ਗਏ, ਸ਼ਿਮਰਲੇਨ ਨੇ ਆਖਿਆ, ਹੁਸੈਨ ਇਤੋਂ ਖੈਮੇ ਪੱਟੋ, ਤਾਰੀਖ ਦੇ ਜੁਮਲੇ ਤੇ ਸੈਯਦਨਾ ਅੱਬਾਸ ਦੀ ਤਲਵਾਰ ਮਿਆਂ ਚੋਂ ਕੱਢੀ, ਜਦੋਂ ਤਲਵਾਰ ਮਿਆਂ ਚੋਂ ਕੱਢੀ ਤੇ ਸ਼ਿਮਰ ਕਹਿਣ ਲੱਗਾ, ਗੁਫੀਓ ਹਾਲੇ ਤਾਈਂ ਅੱਬਾਸ ਮੌਜੂਦ ਹੈ, ਹਾਲੇ ਤਾਈਂ ਅੱਬਾਸ ਮੌਜੂਦ ਹੈ, ਅੱਬਾਸ ਉਹ ਜਬੀ ਜਵਾਨ ਹੈ, ਜਦੋਂ ਕਰਬਲ ਦਾ ਵਾਕਿਆ ਹੋਇਆ 32 ਸਾਲ ਉਮਰ ਹੈ, ਜਵਾਨ ਏਡਾ ਸੀ, ਘੋੜੇ ਤੇ ਪਵਿਆ ਤੇ ਪੈਰ ਜ਼ਮੀਨ ਤੇ ਲੱਗਦੇ ਸਨ, ਪੈਰ ਜ਼ਮੀਨ ਤੇ ਲੱਗਦੇ ਸਨ, ਏਡਾ ਜਬੀ ਜਵਾਨ ਹੈ। ਹਜ਼ਰਤ ਉਮਰ ਬਨੀ ਆਪ ਦੀ ਵਾਲਦਾ ਸ਼ਿਮਰ ਦੀ ਪੁੱਪੀ ਐਸਾ, ਸ਼ਿਮਰ ਆਪ ਦੇ ਮਾਮੇ ਦਾ ਪੁੱਤਰ ਐਸੀ, ਸ਼ਿਮਰ ਨੇ ਆਖਿਆ, ਕੋਫੀ ਉਹ ਜਦ ਤਾਈਂ ਅੱਬਾਸ ਹੈ, ਹੁਸੈਨ ਕੋਲੋਂ ਜੰਗ ਨਹੀਂ ਜਿੱਤ ਸਕਦੇ। ਮੇਰੇ ਭਾਈਓ, ਦੋ ਮੁਹਰਮ ਦੇ ਖਿਆਮ ਲੱਗੇ, ਦੋ ਲੱਗੀ, ਤਿੰਨ ਲੱਗੀ, ਤਿੰਨ ਬੁਲੰਦੇ ਗਏ, ਤਿੰਨ ਦਸਵੀਂ ਦਾ ਆਇਆ, ਰਾਤ ਦਸਵੀਂ ਦੀ, ਰਾਤ ਦਸਵੀਂ ਦੀ ਆਈ, ਫਜਰ ਦਾ ਵੇਲਾ ਤਲੂ ਹੋਇਆ ਸੂਰਜ, ਫਜਰ ਦਾ ਵੇਲਾ ਆਇਆ, ਆਕਾ ਹੁਸੈਨ ਫਰਮਾਣ ਲੱਗੇ, ਬੇਟਾ ਅਲੀ ਅਕਬਰ ਜੀ ਬਾਬਾ ਹੁਕਮ ਹੋਵੇ, ਅਲੀ ਅਕਬਰ ਉਹ ਅਜ਼ਾਨ ਸੁਣਾਇਓ ਜਿਹੜੀ ਮਦੀਨੇ ਸੁਣਾਉਂਦੇ ਸੀ। ਸ਼ਹਿਜ਼ਾਦਾ ਅਲੀ ਅਕਬਰ ਦੇ ਅੱਖਾਂ ਚੋਂ ਆਸੂ ਆ ਜੋੜ ਕੇ ਕਹਿੰਦੇ, ਬਾਬਾ ਜਦੋਂ ਮਦੀਨੇ ਅਜ਼ਾਨ ਦਿੰਦਾ ਸਾਰ ਸਾਹਮਣੇ, ਨਾਨਾ ਮੁਸਤਫਾ ਦਾ ਰੋਜ਼ਾ ਵੀ ਹੁੰਦਾ ਸੀ ਤੇ ਤੁਰਬਤੇ ਬਦੂਲ ਵੀ ਹੁੰਦੀ ਸੀ, ਨਾਨਾ ਇੱਥੇ ਨਾ ਰੋਜ਼ਾ ਹੈ ਨਾ ਤੁਰਬੇ ਬਦੂਲ ਹੈ, ਮੈਂ ਅਜ਼ਾਨ ਕਿਹਨੇ ਦੇ ਮਾਂ ਆਖਿਆ ਅਲੀ ਅਕਬਰ, ਉਹ ਅਜ਼ਾਨ ਸੁਣਵਾ ਬੇਟਾ, ਪੈਂਦੀ ਆਖਰੀ ਅਜ਼ਾਨ ਹੈ, ਮੈਂ ਦੀ ਆਖਰੀ ਜਮਾਤ ਹੈ, ਬੇਟਾ ਅਜ਼ਾਨ ਸੁਣਾਇਓ, ਅਲੀ ਅਕਬਰ ਪਾਕ ਮੈਂ ਅਜ਼ਾਨ
ਆਖਰੀ ਨੌਜਵਾਨ ਨੂੰ ਅੱਜ ਲਸਾਨ ਹੋਵੇ ਉਦੋਂ ਮੈਂ ਛੋੜ ਦਿੱਤੇ ਕਰੋ ਅੱਲਾਹ ਦੇ ਘਰ ਵਿੱਚ ਆ ਗਿਆ ਕਰੋ ਹੁਸੈਨ ਹੋਣ ਦਾ ਦਾਵਾ ਕਰਨ ਦੇ ਹੁਸੈਨੀਅਤ ਨੂੰ ਵੀ ਅਪਣਾ ਲਿਓ ਹੁਸੈਨੀ ਹੋਣ ਦਾ ਛੜਾ ਦਾਵਾ ਨਾ ਕਰੋ ਹੁਸੈਨੀਅਤ ਤੇ ਅਮਲ ਪੈਰਾ ਵੀ ਹੋਇਓ ਅਲੀ ਅਕਬਰ ਪਾਕ ਉੱਠੇ ਨੇ ਅਜ਼ਾਨ ਪੜ੍ਹੀਏ ਮੇਰੇ ਇਮਾਮ ਨੇ ਜਮਾਤ ਕਰਾਈ ਇਮਾਮ ਮੁਸੱਲਮ ਦੇ ਮਾਜੋ ਨੇ ਆਖਿਆ ਅਲੀ ਅਕਬਰ ਪੁੱਤਰਾ ਜ਼ਰਾ ਕਰਬਲਾ ਦੇ ਮੰਜ਼ਰ ਨੂੰ ਤੋਂ ਵੇਖਿਆ اپنے پلو کربل نو صاف کربل اکبر پوچھتے نے جواب نہیں ملتا علی اکبر واپس آئے آقا حسین مصلی تے موجود نہیں حسین پاک فرمالی اکبر بیٹا کربل دا منظر ویکھ آیو بابا ویکھ آیا ماں پر ایک بڑی عجیب گل ویکھی آپ فرمایا بابا کیڑی گل باپ پوچھتا وے علی اکبر کیڑی گل ویکھی حضرت علی اکبر فرمان کے ویکھ آیا ਅਸਗਰ ਦੀ ਨਿੱਕੀ ਉਮਰ ਸਾਲ ਪਤਾ ਨਹੀਂ ਕਿਆ ਕਰਾਂਗੇ ਵੀਰਾ ਮੈਂ
چاندی والی سر اپنے ہاتھے دفنا کے جاؤ اولاد والو کدی پھرا پترا دیا قبر بنا جاؤ علی اصغر دی قبر حسین آپ بنا پہلے وہ باپ چوندے کدی باپ نے پترا دیا میری کفن میرے ویروں میں کتنا نہیں دفنایا بابا حسین تیرے سبران سلام حسین بادشاہ نے تلوات نال خیمیا جاندا جدو قبر بنائیے علی اصغر پاک میں جدو رکھیا وے اے کرم ریت علی اصغر دے جسم تے علی اصغر دے جسم تے کفن کوئی نہیں حسین ہو سکتا کہ زندگی دے اندر ساڈے کول لشش ہوئی ہوے ساڈے کول کوئی نہ فرمانے ہوے سانو معاف کر دینی حضرت شہر والا فرمانیا نے حضرت ربا فرمانیا نے ام لیلہ فرمانیا نے جد تھیا اچڑ منے تے چاندیاں بل پیکے سورے اے حسین سانو دس کے جا سکیں جی چاہیے نارے پیکے نہ سورے آقا حسین تیارے کر کے جان لگنے میرے بیرو جب سواری تے سوار ہوئے نے مرت جس تے سوار ہوئے نے جدو گھوڑے تے سوار ہوئے نے آپ نے گھوڑے نو جب تیار کر کے چلا لگنے اکھاں چوں آنسو آ گئے نے خیال آ گیا جد بابا بابا جدو بابر
ਕਰਦੇ ਨੇ, ਧੀਆਂ ਨਾਲ ਬੜਾ ਪਿਆਰ ਕਰਦੇ ਨੇ। ਉਹ ਧੀਆਂ ਵਾਲਿਓ ਤਵੱਜੋ ਫਰਮਾ, ਜਦੋਂ ਧੀਆਂ ਨੂੰ ਵਿਦਿਆ ਕਰਦੇ ਹੋ, ਜਦੋਂ ਧੀਆਂ ਦੇ ਕੋਲੋਂ ਜਾਣ ਲੱਗਦੇ ਹੋ, ਬੜੇ ਪਿਆਰ ਕਰਦੇ ਹੋ, ਬੜੇ ਅਰਮਾਨ ਲੁਟਾਉਂਦੇ ਹੋ। ਅੱਜ ਵੀ ਜਦੋਂ ਮੈਂ ਫਲਦਾ ਉਸੋ, ਉਹ ਤੁਹਾਡੀਆਂ ਧੀਆਂ ਪੁੱਛੋ ਸੀ ਬਾਬਾ ਕਦੋਂ ਮੁੜਨਾ ਈ ਕਦੋਂ ਆਣਾ। ਅਗਰ ਮੇਰੀ ਮਾਂ ਤੇ ਬੱਚੀ ਆ ਜਾਏਗਾ, ਬਾਬਾ ਜਾ ਰਹੋ ਖਦਣਾ ਸੋ, ਬਾਬਾ ਖਦਣਾ ਸੋ। ਇਮਾਮ ਹੁਸੈਨ ਨੇ ਕੋਲੇ ਤੋਂ ਥੱਲੇ ਤੋਂ ਸ਼ਰੀਫ ਲੈ ਆਏ, ਹਲੇ ਤੇ ਸ਼ਰੀਫ ਦਾ ਸੀਨਾ ਨੂੰ ਸੀਨੇ ਨਾਲ ਲਾਇਆ, ਆਖਿਆ ਬੇਟੀ ਅੱਜ ਸੱਜ ਕੇ ਸੀਨੇ ਤੇ ਸੋ ਲੈ, ਅੱਜ ਰੱਜ ਕੇ ਪਿਆਰ ਕਰ ਲੈ। ਇਮਾਮ ਅਲੀ ਮਕਾਮ ਨੇ ਸਾਰੇ ਜਦੋਂ ਸਾਰੇ ਤੇ ਆਪਣਾ ਹੱਥ ਸਾਰ ਤੇ ਰੱਖਿਆ ਵੇ, ਅੱਲਾ ਤੇ ਸ਼ਹੀਦਾ ਸ਼ਕੀਨਾ ਫਰਮਾਨੀਆ, ਬਾਬਾ ਇਹ ਸਰ ਮੇਰੇ ਹੱਥ ਤੇ ਰੱਖਦੇ ਪਏ ਹੋ, ਇਹ ਹੱਥ ਸਾਰੇ ਤੇ ਰੱਖ ਲਓ, ਜਿਵੇਂ ਯਤੀਮਾਂ ਦੇ ਸਾਰੇ ਤੇ ਰੱਖਿਆ ਜਾਂਦਾ ਏ, ਜਿਵੇਂ ਯਤੀਮਾਂ ਦੇ ਸਿਰ ਨਾਲ ਤੇ ਹੱਥ ਰੱਖਿਆ ਜਾਂਦਾ ਵੇ। ਆਖਿਆ ਹਾਂ ਬੇਟੀ, ਉਹਨੇ ਤੁਮੇ ਯਤੀਮ ਹੋਣ ਵਾਲੀ ਏ। ਆਖਿਆ ਬਾਬਾ ਉਧਰ ਨਾ ਜਾਓ, ਚਾਚਾ ਪਾਸ ਗਏ ਨੇ ਮੁੜ ਨਹੀਂ ਆਏ, ਕਾਸਮ ਗਏ ਨੇ ਮੁੜ ਕੇ ਨਹੀਂ ਆਏ, ਅਲੀ ਅਕਬਰ ਗਏ ਨੇ ਮੁੜ ਕੇ ਨਹੀਂ ਆਏ, ਆਨਾ ਮੁਹੰਮਦ ਗਏ ਨੇ ਬਾਬਾ ਮੁੜ ਕੇ ਨਹੀਂ ਆਏ। ਉਹ ਸ਼ਲਮਰਾਨ ਨਵੀਰ ਕਿਸੇ ਦੇ ਤੇ ਨਾ ਹੋਣ ਨੂੰ ਮਾਰੀਆਂ ਭੈਣਾਂ, ਜਿਸ ਭੈਣ ਦਾ ਦੁਨੀਆ ਤੇ ਵੀਰ ਨਾ ਕੋਈ, ਉਸ ਇਸ ਦੁਨੀਆ ਤੋਂ ਕੀ ਲਿਆ। ਆਖਰ ਇਮਾਮ ਨੇ ਫਰਮਾਇਆ ਬੇਟੀ ਸਬਰ ਕਰ ਜਾ, ਸਾਬਰਾਂ ਦੀ ਔਲਾਦ ਅੱਲਾਮਾ ਸਾਬਰੀਨ ਸਬਰ ਕਰ ਜਾ। ਆਖਰ ਸ਼ਹੀਦਾ ਸਕੀਨਾ ਨੇ ਫਰਮਾਇਆ ਬਾਬਾ ਥੋੜੇ ਜੇ ਤੱਲਿਓ, ਮੈਂ ਬੋਸੇ ਲੈਣਾ ਚਾਹੁੰਦੀ ਹਾਂ। ਸ਼ਹੀਦਾ ਸਕੀਨੇ ਨੇ ਮੱਥੇ ਦਾ ਬੋਸਾ ਲਿਆ, ਵੱਲ ਗਰਦਨ ਦਾ ਬੋਸਾ ਲਿਆ, ਰੁਖ ਸਾਹਿਬ ਦਾ ਬੋਸਾ ਲਿਆਵੇ, ਵੱਲ ਪੈ ਰੁਖ ਸਾਹਿਬ ਦਾ ਬੋਸਾ ਲਿਆ। ਜਦੋਂ ਮੈਂ ਰੁਖ ਸਾਹਿਬ ਦਾ ਬੋਸਾ ਲਿਆਵੇ, ਉਦੋਂ ਮੇਰੀ ਮਾਂ ਮੈਂ ਆਖਿਆ ਸਕੀਨਾ ਇਹ ਚੌਥਾ ਬੋਸਾ ਕਿੱਦਾਂ ਲੈ। ਸਯਦਾ ਸਕੀਨਾ ਫਰਮਾਇਆ ਬਾਬਾ ਮੱਥੇ ਦਾ ਬੋਸਾ ਦਾਦੇ ਅਲੀ ਦਾ ਲੈ ਰਹੀਆਂ, ਗਲੇ ਦਾ ਬੋਸਾ ਦਾਦੀ ਫਾਤਮਾ ਦਾ ਲੈ ਰਹੀਆਂ, ਇਹ ਤਾਇਰੂ ਸਾਹ ਦਾ ਬੋਸਾ ਪਰ ਲੈ ਰਹੀਆਂ। ਬਾਬਾ ਬੈਰੂ ਸਾਹ ਦਾ ਬੋਸਾ ਉਹ ਮਦੀਨੇ ਭੈਣ ਵਾਲੀ ਅਕਬਰ ਦਿਨ ਵੇਖਣੀ ਭੈਣ, ਅਕਬਰ ਦਿਨ ਤਜ਼ਾਰਾ ਕਰਨ ਵਾਲੀ ਸੁਗਰਾ ਦਾ। ਜਦੋਂ ਸੁਗਰਾ ਦਾ ਬੋਸੇ ਨਾ ਆਇਆ, ਮੇਰੀ ਮਾਂ ਦੀ ਅੱਖਾਂ ਪੁਰਨਾ ਮੋਈਆਂ, ਅੱਖਾਂ ਪੁਰਨਾ ਮੋਈਆਂ। ਆਖਾ ਸਯਦਾ ਲਾਇਓ ਬੇਬੇ ਜੀ ਹਵਾਲੇ ਰੱਬ ਦੇ, ਤੇ ਲੰਮੀ ਪਈ ਜੁਦਾਈ, ਅੱਲਾ ਮਿਲਾਇਆ ਤੇ ਵੱਤ ਮਿਲ ਸਾਂ ਗਏ ਹੋਰ ਉਮੀਦ ਨਾ ਗਈ। ਆਖਾ ਮੇਰੀ ਮਾਂ ਨੇੜੀ ਦਿਨ ਲੋੜ ਲੋੜ ਲਾਇਆ ਵੇ, ਮੁਰਤਾ ਜਿੰਨਾ ਮੈਦਾਨੇ ਕਰਬਲਾ ਦੇ ਵੱਲ ਲੈ ਗਏ ਨੇ, ਕਿਸ ਸ਼ੇਰ ਕੀ ਆਮਦ ਹੈ ਰਨ ਕਾਂਪ ਰਹਾ ਹੈ, ਰਨ ਤੋਂ ਇੱਕ ਤਰਫ ਚਰਖੇ ਕੋਹਾਂ ਕਾਂਪ ਰਹਾ ਹੈ। ਸ਼ਹੀਦ ਨੇ ਸ਼ਹੀਦ ਵਾਲੇ ਲਾਮਾ ਸਹਿਮ ਚਿਸ਼ਤੀ ਦਿੱਤੇ ਨੇ, ਜਦੋਂ ਇਮਾਮ ਅਲੀ ਮਕਾਮ ਕਰਬਲਾ ਦੇ ਵੱਲ ਜਾਣ ਲੱਗੇ, ਜਦੋਂ ਕੂਫੀਆਂ ਨੇ ਵੇਖਿਆ ਵੇ, ਉਦੋਂ ਤਲਵਾਰਾਂ ਠਹਿ ਗਈਆਂ, ਤਲਵਾਰਾਂ ਠਹਿ ਗਈਆਂ ਨੇ, ਆਪਸ ਦੇ ਅੰਦਰ ਆਖਣ ਲੱਗ ਪਏ ਨੇ, ਲੱਗਦਾ ਇੰਜੇ ਜਿਵੇਂ ਅਲੀ ਤਕਰੀਰ ਕਰ ਰਹੇ ਨੇ, ਲੋਕਾਂ ਨੂੰ ਬਾਦੋ ਨਸੀਹਤ ਪੈ ਕਰਦੇ ਨੇ, ਲੋਕਾਂ ਨੂੰ ਦੱਸਦੇ ਨੇ, ਲੋਕੋ ਮੈਂ ਉਹ ਹੁਸੈਨ ਜਿਹਨੂੰ ਮੁਸਤਫਾ ਨੇ ਮੋਜਾ ਦੇ ਖਿਡਾਇਆ, ਮੈਂ ਉਹ ਹੁਸੈਨ ਜਿਹਦੇ ਵਾਸਤੇ ਮੁਸਤਫਾ ਜੀ ਨੇ ਖੁਤਬੇ ਛੋੜੇ, ਮੈਂ ਉਹ ਹੁਸੈਨ ਜਿਹਦੇ ਵਾਸਤੇ ਸਜਦੇ ਲੰਮੇ ਕੀਤੇ ਗਏ। ਉਮਰ ਬਿਨ ਸਾਦ ਕਹਿੰਦਾ ਵੇ ਹੁਸੈਨ ਬੈਠ ਕਰ ਲੈ ਜਾਂ ਜੰਗ ਵਾਸਤੇ ਤਿਆਰ ਹੋ ਜਾ, ਮੇਰੇ ਦੋ
دوستو میرے بھائیو آقا حسین نے خطبہ اتمام حجت واسطے دتا رہے جدو یزیدیاں نے منیا نہیں آپ نے تلوار جدو اٹھائی ہزاراں کوفیاں نو واسطے جہنم فرمایا عمر سعد نے میٹنگ بلا لی آقا ساتھ سمجھائی علی اکبر دین تو بعد حسین کمزور ہوئے گا عباس دین تو بعد حسین کمزور ہوئے گا اونو محمد دی قربانی تو بعد حسین کمزور ہوئے گا اے حسین تے انج لگدا وی جویں علی پاک آ پا گئے تلوار روکیا جائے حسین دی تلوار نو کنے روکیا جائے اے حسین نمازی گھر دا نمازی بچا اے حسین نمازی گھر دا نمازی بڑا دے اے حسین نمازی بندا وے جدو کلا چزان ہوئے گی چھتی نال جمعے دی اذان دلوا دے چھتی نال جمعے دی اذان دلوا دے جدو اذان ہوئی اللہ اکبر جدو اذان ہوئی میرے حسین دی تلوار میان دے اندر تر گئی جدو میان دے اندر تر گئی ہر پاسے او تیر بس او پر پر جسا گرم ریت اتے سید نیت نماز کھلوتا سید نیت نماز کھلوتا آقا میرے امام علی مقام نماز پڑھ رکھے نے کوفیاں نے آسے پاسے تو گھیرا پایا جدو آپ سجدے دے اندر گئے نے وہ شمر کہندا ویکھ کے ودو سر اتار لیو وہ کہندا شمر وہ کیویں سر اتاریا جائے اے او گردن جنو اساوے تے رہیا مصطفیٰ کریم بوسے دیندے رہنے بوسے دیندے رہنے اس گردن نو کیویں جدا کیتا جائے آخر آپ شمر کے ودیا وے تلوار لے کے اگے گیا وے اے آپ دے سینے مبارک تے سوار ہویا خنجر تے وار کرن لگ پیا جدو خنجر دیاں ضرباں لان لگا وے خنجر دیاں ضرباں لان لگا وے جدو ضرباں لاندا رکیا وے حسین بادشاہ فرمایا تھک گیا تے پانی تک گیا تے پانی پی لے شمارا تھا میں گردن کچھ کی نام لینا وے حسین فرمایا میں گردن کچھوا کی نام لینا وے آخر آپ کی گردن کچھ دیتی گئی سر نے سے لوگ تے سوار ہو گیا خولی بن یزید نے سر نے سے لوگ تے سوار کیتا حضرت علی وقار حسین دے آخر سجدے میں گل دس دیتی لوگوں جو بھی اوکھے بن جاوے جیتا اوکھا وقت آ جاوے پاوے پتر کس جاوے اولاد کس جاوے پاوے پیر تے پڑھائے تے پتریے کس جاوے اپنے جسم سے بے شمار زخم لگ رہے ہیں وقت نماز ہو جاوے نماز نہ چھوڑ جائے نماز نہ چھوڑنا نماز نہ چھوڑنا میرے دوستوں میرے بھائیوں صرف حسین حسین نہ کرو بلکہ حسینی کردار نہ بھی اپنا رہو حسینی کردار نہ بھی اپنا رہو حسینیت کے عمل کر کے لوگوں کو دکھائیو لوگوں کو پتا چلے کہ یزیدی کون ہے تو حسینی کون ہے اللہ تبارک و تعالی میری حال کی منظور مقبول فرمائے اللہ تعالی سید صاحب کا بھی معاف فرمائے واخر دعوانا الحمدللہ رب العالمین